ਕਲਯੁਗ ਗੁਰੂ ਸਵਾਰਿਓ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਆਪਾਂ ਉਸ ਮਹਾਨ ਕੌਤਕ ਦਾ ਜ਼ਿਕਰ ਕਰ ਰਹੇ ਸੀ ਜਦੋਂ ਕਲਗੀਧਰ ਪਾਤਸ਼ਾਹ ਹਜ਼ੂਰ ਸੰਨ 1996 ਦੇ ਵਿੱਚ ਪਾਉਂਟਾ ਸਾਹਿਬ ਦੀ ਧਰਤੀ ਤੋਂ ਦੁਬਾਰਾ ਅਨੰਦਪੁਰ ਸਾਹਿਬ ਆ ਕੇ ਨਿਵਾਸ ਕੀਤਾ ਉਹਨਾਂ ਨੇ, ਅਤੇ ਉਹਨਾਂ ਹੀ ਦਿਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਇਹਨਾਂ ਜੰਗਲਾਂ ਦੇ ਵਿੱਚ ਇਹਨਾਂ ਪਹਾੜਾਂ 'ਤੇ ਕੌਤਕ ਵਰਤਾਉਣ ਵਾਸਤੇ ਆਏ। ਇਹ ਘਾਟ ਜਿਸ ਦੀ ਯਾਦ ਵਿੱਚ ਇਹ ਗੁਰਦੁਆਰਾ ਘਾਟ ਸਾਹਿਬ ਬਣਿਆ, ਜਿਹਦੇ ਆਪਾਂ ਦਰਸ਼ਨ ਕਰਕੇ ਆਏ ਹਾਂ, ਇਹ ਸਤਲੁਜ ਦਰਿਆ ਦੇ ਕਿਨਾਰੇ 'ਤੇ ਇਹ ਘਾਟ ਸੀ। ਇੱਥੇ ਹੀ ਬੇੜੀਆਂ ਖੜ੍ਹੀਆਂ ਹੁੰਦੀਆਂ ਸੀ, ਜਿੱਥੋਂ ਫਿਰ ਦਰਿਆ ਪਾਰ ਕਰਕੇ ਉੱਧਰ ਜਾਇਆ ਜਾਂਦਾ ਸੀਗਾ। ਜਦੋਂ ਕਲਗੀਧਰ ਪਾਤਸ਼ਾਹ ਹਜ਼ੂਰ ਦੀ ਆਮਦ ਦਾ ਪਤਾ ਲੱਗਿਆ ਇੱਥੇ ਮਲਾਹਾਂ ਨੂੰ, ਤਾਂ ਉਹਨਾਂ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆਪਣੀ ਬੇੜੀ ਦੇ ਵਿੱਚ ਸਵਾਰ ਕਰਾਉਣ ਵਾਸਤੇ ਬੇੜੀਆਂ ਸਜਾਈਆਂ। ਹਰ ਇੱਕ ਨੂੰ ਇਹ ਸੀ ਕਿ ਗੁਰੂ ਸਾਹਿਬ ਜੇ ਸਾਡੀ ਬੇੜੀ ਵਿੱਚ ਬੈਠਣਗੇ ਤਾਂ ਸਾਨੂੰ ਗੁਰੂ ਸਾਹਿਬ ਕੋਲੋਂ ਵੱਡੀਆਂ ਬਖਸ਼ਾਂ ਮਿਲਣਗੀਆਂ, ਵੱਡੀ ਕੀਮਤ ਮਿਲੇਗੀ, ਸੰਸਾਰਿਕ ਤੌਰ 'ਤੇ ਸਾਨੂੰ ਅਮੀਰੀ ਨਸੀਬ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਅਤੇ ਉਹਨਾਂ ਨੂੰ ਇੱਥੇ ਬਿਠਾ ਕੇ। ਉਹਨਾਂ ਵਿੱਚੋਂ ਹੀ ਇੱਕ ਐਸਾ ਵੀ ਸੱਜਣ ਸੀ ਜਿਸ ਦਾ, ਜਿਵੇਂ ਕਿ ਮੈਂ ਪਹਿਲਾਂ ਆਪ ਜੀ ਨੂੰ ਦੱਸਿਆ, ਉਹਦਾ ਨਾਂ ਸੀ ਰੁਕਨਦੀਨ, ਜਿਸ ਨੂੰ ਸੈਦਾ ਮਲਾਹ ਕਰਕੇ ਆਮ ਤੌਰ 'ਤੇ ਬੁਲਾਇਆ ਜਾਂਦਾ ਸੀਗਾ। ਐਸਾ ਇਤਿਹਾਸ ਨੇ ਦੱਸਿਆ ਕਿ ਆਰਥਿਕ ਤੌਰ 'ਤੇ ਕੋਈ ਉਹ ਬਹੁਤਾ ਸਮਰੱਥ ਨਹੀਂ ਸੀ, ਬੇੜੀ ਵੀ ਉਹਦੀ ਸਧਾਰਨ ਜਿਹੀ ਸੀ। ਜਦੋਂ ਸਾਰਿਆਂ ਨੇ ਆਪਣੀਆਂ ਬੇੜੀਆਂ ਬਹੁਤ ਖੂਬਸੂਰਤ ਸ਼ਿੰਗਾਰ ਲਈਆਂ ਕਿ ਅਸੀਂ ਬਿਠਾਵਾਂਗੇ ਮਹਾਰਾਜ ਨੂੰ, ਪਰ ਉਹਦੇ ਕੋਲ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਆਪਣੀ ਬੇੜੀ ਨੂੰ ਉਸ ਤਰ੍ਹਾਂ ਸਜਾ ਸਕਦਾ, ਸਵਾਰ ਸਕਦਾ। ਅਤੇ ਦੂਜਿਆਂ ਨੇ ਮਜ਼ਾਕ ਵੀ ਕੀਤਾ, ਮਿਹਣੇ ਵੀ ਮਾਰੇ, ਤੇਰੀ ਬੇੜੀ 'ਤੇ ਗੁਰੂ ਸਾਹਿਬ ਨੇ ਥੋੜ੍ਹਾ ਬੈਠਣਾ, ਇਹੋ ਜਿਹੀ ਟੁੱਟੀ ਭੱਜੀ ਬੇੜੀ 'ਤੇ ਕੌਣ ਬੈਠੇਗਾ, ਗੁਰੂ ਸਾਹਿਬ ਥੋੜ੍ਹਾ ਬੈਠਣਗੇ। ਪਰ ਜਿਹੜੀਆਂ ਵਾਹਿਗੁਰੂ ਜੀ ਨਾਲ ਲਿਵਲੀਨ ਹੋਈਆਂ ਹੋਈਆਂ ਰੂਹਾਂ ਹੁੰਦੀਆਂ ਨਾ ਗੁਰੂ ਪਿਆਰਿਓ, ਉਹਨਾਂ ਨੇ ਸੰਸਾਰਿਕ ਪਦਾਰਥਾਂ ਦੀਆਂ ਖੁਸ਼ੀਆਂ ਜਾਂ ਸੰਸਾਰਿਕ ਅਮੀਰੀਆਂ ਦੀ ਪਰਵਾਹ ਨਹੀਂ ਕਰਨੀ ਹੁੰਦੀ, ਉਹਨਾਂ ਵਾਸਤੇ ਤਾਂ ਰੂਹਾਂ ਦਾ ਸੁੱਚਾ ਪਿਆਰ, ਆਪਣੇ ਅੰਦਰ ਵਾਹਿਗੁਰੂ ਜੀ ਵਾਸਤੇ, ਸਤਿਪੁਰਸ਼ਾਂ ਵਾਸਤੇ, ਗੁਰੂਆਂ ਪੀਰਾਂ ਵਾਸਤੇ ਬਣਾਈ ਹੋਈ ਸੁੱਚੀ ਸ਼ਰਧਾ, ਉਸ ਦੀ ਪਰਖ ਕਰਨੀ ਹੁੰਦੀ ਹੈ ਅਤੇ ਉਹਦੇ ਆਧਾਰ 'ਤੇ ਹੀ ਬਖਸ਼ਿਸ਼ਾਂ ਦੇ ਦਰ ਖੁੱਲ੍ਹਦੇ ਹੈ। ਕਲਗੀਧਰ ਪਾਤਸ਼ਾਹ ਜਦੋਂ ਇੱਥੇ ਪਹੁੰਚੇ ਨੇ ਤਾਂ ਇੱਥੇ ਖੜ੍ਹੀਆਂ ਬੇੜੀਆਂ ਜਿਹੜੀਆਂ ਨੇ ਉਹਨਾਂ ਦੇ ਮਲਾਹਾਂ ਨੇ ਗੁਰੂ ਸਾਹਿਬ ਦੇ ਵੱਲ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਗੁਰੂ ਸਾਹਿਬ ਸਾਡੀ ਬੇੜੀ 'ਤੇ ਬੈਠੋ, ਸਾਡੀ ਬੇੜੀ 'ਤੇ ਬੈਠੋ। ਅਤੇ ਉਹ ਰੁਕਨਦੀਨ ਇੱਕ ਕਿਨਾਰੇ 'ਤੇ ਲੱਗਾ, ਰੂਹ ਦੇ ਵਿੱਚ ਆਪਣੇ ਗੁਰੂ ਦੇ ਪਿਆਰ ਨੂੰ ਮਾਣ ਰਿਹਾ। ਉਹਨੇ ਆਵਾਜ਼ ਨਹੀਂ ਮਾਰੀ,
ਦੂਜੇ ਆਵਾਜ਼ਾਂ ਮਾਰ ਰਹੇ ਨੇ, ਪਰ ਉਹਦੀ ਅੰਦਰ ਦੇ ਪਿਆਰ ਦੀ ਅਵਸਥਾ ਆਪਣੇ ਆਪ ਇੱਕ ਬੇਨਤੀ ਬਣ ਕੇ, ਪੁਕਾਰ ਬਣ ਕੇ ਗੁਰੂ ਸਾਹਿਬ ਕੋਲ ਪਹੁੰਚ ਰਹੀ ਹੈ। ਉਹ ਜਿਹੜੀਆਂ ਪਿਆਰ ਦੀਆਂ ਤਰੰਗਾਂ ਹੁੰਦੀਆਂ ਨਾ, ਉਹਨਾਂ ਨੂੰ ਸੰਸਾਰਿਕ ਭਾਸ਼ਾ ਦੀ ਲੋੜ ਵੀ ਨਹੀਂ ਹੁੰਦੀ। ਉਹ ਬੋਲ ਬੜੇ ਵਿਸਮਾਦੀ ਹੁੰਦੇ ਨੇ ਅਤੇ ਉਹ ਬੋਲ ਰੂਹਾਂ ਦੇ ਰਿਸ਼ਤੇ ਬਣਾਉਣ ਵਾਲਿਆਂ ਨੂੰ ਸੁਣ ਜਾਂਦੇ ਹੁੰਦੇ ਆ। ਕਲਗੀਧਰ ਪਾਤਸ਼ਾਹ ਹਜ਼ੂਰ ਨੂੰ ਉਹ ਪੁਕਾਰ ਸੁਣੀ ਸੀ। ਇਸੇ ਕਰਕੇ ਸਾਰੇ ਮਲਾਹਾਂ ਦੇ ਉੱਚੇ ਬੋਲਾਂ ਨੂੰ ਅਣਸੁਣਿਆ ਕਰਕੇ ਮਹਾਰਾਜ ਨੇ ਉਸ ਟੁੱਟੀ ਭੱਜੀ ਬੇੜੀ ਵੱਲ ਇਸ਼ਾਰਾ ਕੀਤਾ। ਉਹ ਬੇੜੀ ਕਿਹਦੀ ਹੈ? ਅਤੇ ਉਸ ਵੇਲੇ ਨਿਮਾਣੀ ਜਿਹੀ ਮਸਕੀਨ ਭਾਸ਼ਾ ਦੇ ਵਿੱਚ ਸੈਦਾ ਮਲਾਹ ਕਹਿੰਦਾ, ਮੇਰੇ ਪਿਆਰੇ ਅੱਲਾ ਦੇ ਨੂਰ, ਇਹ ਬੇੜੀ ਆਪ ਜੀ ਦੀ ਹੈ। ਉਹਨੇ ਨਹੀਂ ਆਖਿਆ ਇਹ ਮੇਰੀ ਹੈ। ਸਾਰੇ ਮਲਾਹ ਕਹਿ ਰਹੇ ਨੇ ਸਾਡੀ ਬੇੜੀ ਆ, ਮੇਰੀ ਬੇੜੀ ਆ, ਮੇਰੀ ਬੇੜੀ, ਲੇਕਿਨ ਉਹ ਟੁੱਟੀ ਭੱਜੀ ਬੇੜੀ ਉਹਦੇ ਬਾਰੇ ਵੀ ਰੁਕਨਦੀਨ ਕਹਿੰਦਾ, ਜਦੋਂ ਮਹਾਰਾਜ ਨੇ ਪੁੱਛਿਆ ਇਹ ਕਿਹਦੀ ਹੈ, ਅਤੇ ਕਿਸੇ ਮਸਤੀ ਵਿੱਚ ਕਹਿ ਰਿਹਾ ਕਿ ਇਹ ਬੇੜੀ ਆਪ ਜੀ ਦੀ ਹੈ। ਉਹ ਕਹਿੰਦੇ ਜਿਹੜੀ ਫਿਰ ਮੇਰੀ ਬੇੜੀ ਹੈ, ਮੈਂ ਤਾਂ ਉਹਦੇ 'ਚ ਹੀ ਬੈਠਾਂਗਾ ਫਿਰ ਦੂਜਿਆਂ ਦੀਆਂ ਬੇੜੀਆਂ 'ਚ। ਇਹ ਜਿਹੜਾ ਰਹੱਸ ਹੈ ਨਾ ਗੁਰੂ ਪਿਆਰਿਓ, ਇਸ ਰਹੱਸ ਨੂੰ ਅੱਜ ਇੱਥੇ ਬੈਠ ਕੇ ਜੇ ਆਪਾਂ ਸਮਝ ਸਕੀਏ, ਗੁਰੂ ਦੀਆਂ ਬਖਸ਼ਿਸ਼ਾਂ, ਵਾਹਿਗੁਰੂ ਜੀ ਦੀਆਂ ਮਿਹਰਾਂ ਉਸ ਸੁਲੱਖਣੀ ਘੜੀ ਦੇ ਵਿੱਚ ਨਸੀਬ ਹੁੰਦੀਆਂ ਨੇ ਜਦੋਂ ਇਸ ਮੈਂ ਮੇਰੀ ਦੀ ਬਿਰਤੀ ਤੋਂ ਉੱਪਰ ਉੱਠ ਕੇ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਜਦੋਂ ਤੂੰ ਅਤੇ ਤੇਰਾ ਦੀ ਅਵਸਥਾ ਆ ਜਾਏ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਉਸ ਵੇਲੇ ਬਖਸ਼ਿਸ਼ ਦਾ ਦਰ ਖੁੱਲ੍ਹਣ ਦੀਆਂ ਸੰਭਾਵਨਾਵਾਂ ਬਣਦੀਆਂ। ਉਸ ਭਾਗੀ ਘੜੀ ਜਦੋਂ ਰੁਕਨਦੀਨ ਦੇ ਅੰਦਰੋਂ ਇਹ ਬੋਲ ਨਿਕਲੇ, ਇਹ ਆਪ ਜੀ ਦੀ ਹੈ, ਅਤੇ ਜਦੋਂ ਕਿਸੇ ਸਿੱਖ ਦੇ ਅੰਦਰੋਂ ਇਹ ਆਵਾਜ਼ ਨਿਕਲੇ ਤੂੰ ਕੌਣ ਹੈ, ਅਤੇ ਸਿੱਖ ਇਹ ਕਹਿ ਸਕੇ ਮੈਂ ਤਾਂ ਆਪ ਜੀ ਦਾ ਬੰਦਾ ਹਾਂ, ਆਪ ਜੀ ਦਾ ਸੇਵਕ ਹਾਂ, ਜੋ ਕੁਛ ਮੇਰੇ ਕੋਲ ਹੈ ਉਹ ਆਪ ਜੀ ਦਾ ਹੈ, ਬਸ ਉਸ ਵੇਲੇ ਉਸ ਸੁਲੱਖਣੀ ਘੜੀ ਦੇ ਵਿੱਚ ਗੁਰੂ ਦੀ ਨਜ਼ਰੇ ਨਾਇਤ, ਉਸ ਵੇਲੇ ਕਿਰਪਾ ਦ੍ਰਿਸ਼ਟੀ ਜਿਹੜੀ ਹੈ ਨਾ, ਉਹਦੇ ਲਈ ਝੋਲੀ ਤਿਆਰ ਹੋ ਜਾਂਦੀ ਹੈ। ਅਤੇ ਜਦੋਂ ਸਿੱਖ ਦੀ ਝੋਲੀ ਮਿਹਰ ਪਵਾਉਣ ਵਾਸਤੇ ਤਿਆਰ ਹੋ ਜਾਏ, ਤਾਂ ਫਿਰ ਗੁਰੂ ਤਾਂ ਉਡੀਕ ਰਿਹਾ ਹੁੰਦਾ ਕਿ ਕਦੋਂ ਸਿੱਖ ਤਿਆਰ ਹੋਵੇ ਬਖਸ਼ਿਸ਼ ਝੋਲੀ ਪਵਾਉਣ ਵਾਸਤੇ, ਅਤੇ ਮੈਂ ਉਹਦੀ ਝੋਲੀ ਦੇ ਵਿੱਚ ਬਖਸ਼ਿਸ਼ ਪਾਵਾਂ। ਰੁਕਨਦੀਨ ਤਿਆਰ ਹੋ ਗਿਆ, ਸੈਦੇ ਮਲਾਹ ਦਾ ਭਾਂਡਾ ਤਿਆਰ ਹੋ ਗਿਆ, ਉਹਦੀ ਸੁਰਤੀ, ਉਹਦਾ ਹਿਰਦਾ ਤਿਆਰ ਹੋ ਗਿਆ। ਕਲਗੀਧਰ ਪਾਤਸ਼ਾਹ ਕਹਿੰਦੇ ਚੱਲ ਬਈ, ਠੇਲ ਬੇੜੀ, ਚਲਾ ਚੱਪੂ, ਅਤੇ ਕਿਸੇ ਰੂਹਾਨੀ ਮਸਤੀ ਦੇ ਵਿੱਚ ਬਾਕੀ ਦੇਖਦੇ ਹੀ ਰਹਿ ਗਏ ਨੇ, ਅਤੇ ਰੁਕਨਦੀਨ ਦੀ ਬੇੜੀ 'ਤੇ ਸਤਿਗੁਰੂ ਬੈਠੇ, ਬਾਹਰ ਚਲੇ ਗਏ। ਬਾਹਰ ਜਾ ਕੇ ਜੋ ਕੁਛ ਕੌਤਕ ਗੁਰੂ ਸਾਹਿਬ ਨੇ ਉੱਧਰ ਕਰਨੇ ਸੀ, ਉਹ ਕਰਨ ਤੋਂ ਬਾਅਦ ਰੁਕਨਦੀਨ ਉਡੀਕ ਰਿਹਾ ਕਿ ਕਲਗੀਧਰ ਪਾਤਸ਼ਾਹ ਕਦੋਂ ਆਉਣਗੇ, ਫਿਰ ਕਦੋਂ ਬੈਠਣਗੇ। ਉਡੀਕਦਿਆਂ ਉਡੀਕਦਿਆਂ ਕਲਗੀਧਰ ਪਾਤਸ਼ਾਹ ਹਜ਼ੂਰ ਆਪਣੇ ਉਹਨਾਂ ਕੌਤਕਾਂ ਤੋਂ ਵਿਹਲੇ ਹੋ ਕੇ ਜਦੋਂ ਫਿਰ ਬੈਠੇ ਨੇ, ਲੈ ਆਇਆ ਰੁਕਨਦੀਨ ਇੱਥੇ
ਇੱਥੇ ਲਿਆ ਕੇ ਜਦੋਂ ਰੋਕਿਆ ਨਾ ਤਾਂ ਮਹਾਰਾਜ ਨੇ ਸੋਨੇ ਦੀਆਂ ਮੋਹਰਾਂ ਸੇਵਕਾਂ ਕੋਲੋਂ ਮੰਗਵਾਈਆਂ ਅਤੇ ਰੁਕਨਦੀਨ ਨੂੰ ਦੇਣ ਲੱਗੇ ਪਾਤਸ਼ਾਹ। ਕਹਿੰਦੇ ਰੁਕਨਦੀਨਾ, ਜਿੰਨਾ ਚਾਹੀਦੀਆਂ ਮੋਹਰਾਂ, ਜੋ ਤੇਰਾ ਤੂੰ ਅੱਜ ਚਾਹੁੰਦਾ, ਸਾਨੂੰ ਪਾਰ ਲੈ ਕੇ ਗਿਆ ਅਤੇ ਪਾਰੋਂ ਲੈ ਕੇ ਆਇਆ, ਜੋ ਤੈਨੂੰ ਜਿੰਨਾ ਵੀ ਚਾਹੀਦਾ ਉਹ ਲੈ ਲਾ, ਅੱਜ ਸੋਨੇ ਦੀਆਂ ਮੋਹਰਾਂ ਤੇਰੇ ਵਾਸਤੇ ਨੇ। ਅਤੇ ਇੱਕ ਜਿਹੜਾ ਜਵਾਬ ਰੁਕਨਦੀਨ ਨੇ ਦਿੱਤਾ ਨਾ ਗੁਰੂ ਪਿਆਰਿਓ, ਉਹ ਇਤਿਹਾਸ ਦੇ, ਮਨੁੱਖੀ ਸਮਾਜ ਦੇ ਇਤਿਹਾਸ 'ਤੇ ਕਿਤੇ ਕਿਤੇ ਉਹ ਕੌਤਕ ਵਾਪਰਦੇ ਨੇ। ਉਹ ਬੋਲ ਕਿਸੇ ਮਨੁੱਖੀ ਬੁੱਧੀ ਦੀ ਸਿਆਣਪ 'ਚੋਂ ਨਹੀਂ ਨਿਕਲੇ ਹੁੰਦੇ, ਉਹ ਕਿਸੇ ਅਗੰਮੀ ਸਵਾਦ ਵਿੱਚੋਂ, ਕਿਸੇ ਰੂਹਾਨੀ ਸੁੱਚੇ ਪਿਆਰ ਵਿੱਚੋਂ ਵਾਹਿਗੁਰੂ ਜੀ ਆਪ ਕਢਵਾਉਂਦੇ ਨੇ। ਇਤਿਹਾਸ ਨੇ ਸਿਰਫ ਉਹਦੇ ਇਸ਼ਾਰੇ ਦਿੱਤੇ ਨੇ। ਰੁਕਨਦੀਨ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਕੋਲੋਂ ਉਹ ਸੋਨੇ ਦੀਆਂ ਮੋਹਰਾਂ ਦਿੰਦਿਆਂ ਉਹ ਬੋਲ ਸੁਣਦਾ ਕਿ ਰੁਕਨਦੀਨਾ ਲੈ ਲਾ ਜੋ ਲੈਣਾ, ਅਤੇ ਚਿਹਰੇ ਦੇ ਉੱਤੇ ਕਿਸੇ ਵੈਰਾਗ ਵਿੱਚੋਂ ਰੁਕਨਦੀਨ ਕੀ ਕਹਿ ਰਿਹਾ ਮੈਂ ਨਹੀਂ ਦੱਸ ਸਕਦਾ, ਕੋਈ ਵੀ ਨਹੀਂ ਦੱਸ ਸਕਦਾ ਹੁੰਦਾ ਕਿ ਉਹ ਕੀ ਖੇਡਾਂ ਨੇ। ਰੂਹਾਂ ਦਾ ਇਤਿਹਾਸ ਕੋਈ ਦੁਨੀਆਂ ਦਾ ਵਿਚਾਰਵਾਨ, ਕੋਈ ਦੁਨੀਆਂ ਦਾ ਬੁੱਧੀਮਾਨ ਦੱਸ ਨਹੀਂ ਸਕਦਾ ਹੁੰਦਾ। ਕਿਸੇ ਕੋਲ ਉਹਦੀ ਸਮਰੱਥਾ ਹੀ ਨਹੀਂ ਹੁੰਦੀ ਕਿ ਰੂਹਾਂ ਦੇ ਅੰਦਰ ਕੀ ਵਾਪਰ ਰਿਹਾ, ਇਹ ਰਿਸ਼ਤੇ ਕਿਵੇਂ ਇੱਕ ਦੂਸਰੇ ਦੇ ਪਿਆਰ ਦਾ ਆਨੰਦ ਮਾਣ ਰਹੇ ਹੁੰਦੇ ਆ, ਕੋਈ ਨਹੀਂ ਦੱਸ ਸਕਦਾ ਹੁੰਦਾ, ਇਸ਼ਾਰੇ ਹੁੰਦੇ ਨੇ ਸਿਰਫ। ਅਤੇ ਉਹ ਇੰਨਾ ਕੀ ਹੈ ਕਿ ਜਦੋਂ ਰੁਕਨਦੀਨ ਆਖਦਾ ਹੇ ਗੁਰੂ ਗੋਬਿੰਦ ਸਿੰਘ, ਮੈਨੂੰ ਇਹ ਮੋਹਰਾਂ ਨਹੀਂ ਚਾਹੀਦੀਆਂ, ਮੈਂ ਕੁਛ ਹੋਰ ਲੈਣਾ ਚਾਹੁੰਦਾ। ਅੰਤਰਜਾਮੀ ਸਤਿਗੁਰੂ ਕਲਗੀਧਰ ਪਾਤਸ਼ਾਹ ਕੀ ਕਹਿੰਦੇ ਹੈ, ਇਸ ਤੋਂ ਇਲਾਵਾ ਕੀ ਚਾਹੀਦਾ ਤੈਨੂੰ? ਅਤੇ ਰੁਕਨਦੀਨ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡਾ ਅਤੇ ਮੇਰਾ ਕੰਮ ਇੱਕੋ ਹੀ ਹੈ, ਮੈਂ ਸੰਸਾਰ ਦੇ ਦਰਿਆਵਾਂ ਨੂੰ ਆਪਣੀ ਸੰਸਾਰਕ ਬੇੜੀ ਨਾਲ ਪਾਰ ਕਰਾਉਣਾ ਲੋਕਾਂ ਨੂੰ ਇਹ ਦਰਿਆਵਾਂ ਤੋਂ, ਤੁਸੀਂ ਸੰਸਾਰ ਸਮੁੰਦਰ ਤੋਂ ਇਹ ਸੰਸਾਰ ਦੇ ਲੋਕਾਂ ਨੂੰ ਪਾਰ ਕਰਾਉਣਾ। ਕਾਰਜ ਖੇਤਰ ਇੱਕੋ ਹੀ ਹੈ ਅਤੇ ਮੈਂ ਉਸ ਇੱਕੋ ਤਰ੍ਹਾਂ ਦੇ ਹਮ ਸਫ਼ਰ ਨੂੰ, ਇੱਕੋ ਤਰ੍ਹਾਂ ਦੇ ਕਾਰਜ ਕਰਨ ਵਾਲੇ ਨੂੰ ਅੱਜ ਝੋਲੀ ਅੱਡ ਕੇ ਇਹ ਬੇਨਤੀ ਕਰਦਾ ਕਿ ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਮੇਰੀ ਬੇਨਤੀ ਮੰਨ ਕੇ ਤੁਸੀਂ ਮੇਰੀ ਬੇੜੀ 'ਚ ਬੈਠ ਕੇ ਦਰਿਆ ਪਾਰ ਕਰਕੇ ਫਿਰ ਇੱਥੇ ਆਏ ਹੋ, ਤਾਂ ਮੇਰੀ ਬੇਨਤੀ, ਮੇਰੀ ਇੱਛਾ ਇੰਨੀ ਹੈ ਕਿ ਮੈਨੂੰ ਆਪਣੀ ਮਿਹਰ ਦੀ ਬੇੜੀ ਵਿੱਚ ਬਿਠਾ ਕੇ ਜਦੋਂ ਮੈਂ ਇਸ ਸੰਸਾਰ ਤੋਂ ਜਾਵਾਂ, ਇਹ ਸੰਸਾਰ ਸਮੁੰਦਰ ਦੇ ਵਿੱਚ ਵਿਕਾਰੀ ਬਿਰਤੀਆਂ 'ਚ ਮੇਰੇ ਗੋਤੇ ਨਾ ਲੱਗਣ, ਮੈਂ ਡੁੱਬਾ ਨਾ, ਮੈਨੂੰ ਪਾਰ ਕਰ ਦਿਓ, ਵਿਛੋੜਿਓ ਨਾ ਆਪਣੇ ਨਾਲ ਮੈਨੂੰ। ਮੈਂ ਇਸ ਸੰਸਾਰ ਦੇ ਵਿੱਚ ਇਹ ਜੀਵਨ ਬਸਰ ਕਰਨ ਤੋਂ ਬਾਅਦ ਦੁਬਾਰਾ ਜਨਮ ਮਰਨ ਦੇ ਘੇਰੇ ਵਿੱਚ ਆਵਾਗਾਉਣ 'ਚ ਨਾ ਪਾਵਾਂ। ਇਹ ਵਿਕਾਰੀ ਬਿਰਤੀਆਂ ਦਾ ਪ੍ਰਭਾਵ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਇਹ ਮੇਰੇ 'ਤੇ ਨਾ ਰਹੇ,
ਮੇਰੇ ਅੰਦਰ ਅੱਲਾਹ ਤਾਲਾ ਦਾ ਪਿਆਰ, ਅੱਲਾਹ ਤਾਲਾ ਦੀ ਮੁਹੱਬਤ, ਮੈਂ ਉਹਦੇ ਵਿੱਚ ਜਿਉਂਦਿਆਂ ਤੁਹਾਡੀ ਅਸੀਸ ਨਾਲ, ਤੁਹਾਡੀ ਮਿਹਰ ਨਾਲ ਇੱਥੋਂ ਜਦੋਂ ਜਾਵਾਂ ਅਤੇ ਗੁਨਾਹਾਂ ਤੋਂ ਰੁਖਸਤ ਹੋ ਕੇ ਫਿਰ ਜਾਵਾਂ ਸੰਸਾਰ ਸਮੁੰਦਰ 'ਚ, ਇੱਥੋਂ ਇੱਥੋਂ ਦੀਆਂ ਘੁੰਮਣ ਘੇਰੀਆਂ 'ਚ ਮੇਰਾ ਡੁੱਬਣਾ ਨਾ ਹੋਵੇ, ਮੈਂ ਤਰ ਜਾਵਾਂ, ਬਸ ਇਹ ਦੇ ਦਿਓ ਮੈਨੂੰ। ਅਤੇ ਕਲਗੀਧਰ ਪਾਤਸ਼ਾਹ ਨੇ ਉਸਦੇ ਸੁੱਚੇ ਪਿਆਰ ਨੂੰ ਦੇਖਦਿਆਂ ਗਲਵੱਕੜੀ 'ਚ ਲਿਆ ਅਤੇ ਬਸ ਮਿਹਰ ਦੀ ਨਿਗਾਹ ਹੋਈ। ਉਹ ਤੋਂ ਬਾਅਦ ਕੀ ਹੋਇਆ ਉਹ ਨਾ ਮੈਂ ਦੱਸ ਸਕਦਾ, ਨਾ ਕੋਈ ਇਤਿਹਾਸ ਕਰ ਦੱਸ ਸਕਦਾ ਹੈ। ਰੁਕਨਦੀਨ ਕਲਗੀਧਰ ਪਾਤਸ਼ਾਹ ਹਜ਼ੂਰ ਨੂੰ ਮਿਲਣ ਤੋਂ ਬਾਅਦ, ਇਹ ਤਾਂ ਸੰਸਾਰੀ ਘਾਟ ਹੈ ਨਾ, ਦਰਿਆ ਦਾ ਘਾਟ ਹੈ ਉਹ, ਜਿਹੜਾ ਇਸ ਸੰਸਾਰ ਸਮੁੰਦਰ ਦਾ ਘਾਟ ਜਿੱਥੇ ਅਸੀਂ ਸਾਰੇ ਕਿਨਾਰੇ 'ਤੇ ਹੀ ਇਸ ਸੰਸਾਰ ਦੇ ਪਦਾਰਥਾਂ ਦੇ ਕੌਡੀਆਂ ਪੱਥਰ ਗੀਟੇ ਚੁਣਦੇ ਚੁਣਦੇ ਉਹਦੇ 'ਚ ਸੰਤੁਸ਼ਟ ਹੋ ਕੇ ਅਤੇ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਅਧੀਨ ਬੇਸੰਜਮੇ ਹੋ ਕੇ ਜਿੱਥੋਂ ਜ਼ਿੰਦਗੀ ਸ਼ੁਰੂ ਕਰਦੇ ਹਾਂ ਉੱਥੇ ਹੀ ਮੁਕਾ ਲੈਂਦੇ ਹਾਂ, ਨਾ ਸਾਡੇ ਅੰਦਰ ਕਿਤੇ ਸਹਿਜ ਆਉਂਦਾ, ਨਾ ਟਿਕਾਓ ਆਉਂਦਾ, ਨਾ ਉਹ ਮਸਤੀ ਆਉਂਦੀ ਹੈ ਜਿਹਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਲੱਭਦੇ ਪਏ ਹਾਂ ਪਰ ਕਿਤੋਂ ਉਹਦਾ ਇਸ਼ਾਰਾ ਨਹੀਂ ਮਿਲਦਾ। ਇਸ਼ਾਰੇ 'ਤੇ ਪਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਭ ਕੁਝ ਪਿਆ। ਉਸਦੇ ਵਿੱਚ ਤਾਂ ਸਿਰਫ ਰੂਹਾਨੀ ਪਿਆਰ ਦੇ ਰਿਸ਼ਤੇ ਨੂੰ ਹੰਢਾਉਣ ਦੀ, ਦ੍ਰਿੜ ਕਰਨ ਦੀ ਲੋੜ ਹੈ। ਰੁਕਨਦੀਨ ਧਾਰਮਿਕ ਵਿਸ਼ਵਾਸ ਕਰਕੇ ਮੁਸਲਮਾਨ ਹੈ। ਕਲਗੀਧਰ ਪਾਤਸ਼ਾਹ ਹਜ਼ੂਰ ਨੇ 1699 ਦੀ ਵਿਸਾਖੀ 'ਤੇ ਖਾਲਸੇ ਦੀ ਸਾਜਨਾ ਕੀਤੀ ਹੈ, ਲੇਕਿਨ ਮਨੁੱਖੀ ਰੂਹਾਂ ਦੀ ਕਾੜਤ ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਘੜਨੀ ਸ਼ੁਰੂ ਕਰ ਦਿੱਤੀ। ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ 'ਤੇ ਤਾਂ ਉਹ ਕੌਤਕ ਬਾਹਰੀ ਤੌਰ 'ਤੇ ਪ੍ਰਗਟ ਹੀ ਕੀਤਾ, ਰੁਕਨਦੀਨ ਵਰਗੀਆਂ ਰੂਹਾਂ ਦੀ ਕਾੜਤ ਇਸੇ ਪਿਆਰ ਦੇ ਕੌਤਕਾਂ ਵਿੱਚ ਪਹਿਲਾਂ ਹੀ ਕਰੀ ਗਈ ਹੈ। ਰੁਕਨਦੀਨ ਕਲਗੀਧਰ ਪਾਤਸ਼ਾਹ ਹਜ਼ੂਰ ਦੀ ਉਸ ਰੂਹਾਨੀ ਸ਼ਬਦ ਦੀ ਜੋਤ ਨਾਲ ਇੱਦਾਂ ਪ੍ਰਕਾਸ਼ਿਆ ਗਿਆ। ਅੱਜ 300 ਸਾਲ ਬਤੀਤ ਹੋ ਗਏ ਨੇ, ਅੱਜ ਇਸੇ ਘਾਟ 'ਤੇ ਬੈਠ ਕੇ ਜਿੱਥੇ ਕੌਤਕ ਹੋਇਆ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਦੇ ਦਰਸ਼ਨ ਕੀਤੇ ਨੇ। ਇੱਥੇ ਸੰਗਤਾਂ ਆਉਂਦੀਆਂ ਨੇ, ਭਾਵਨਾ ਕੀ ਹੈ? ਕਲਗੀਧਰ ਪਾਤਸ਼ਾਹ ਜਿਸ ਤਰ੍ਹਾਂ ਰੁਕਨਦੀਨ ਨੂੰ ਨਿਵਾਜਿਆ ਸੀ, ਜਿਸ ਤਰ੍ਹਾਂ ਉਹਨੂੰ ਆਪਣੀ ਸ਼ਬਦ ਦੀ ਬੇੜੀ ਦੇ ਵਿੱਚ ਬਿਠਾ ਕੇ ਆਪ ਮਲਾਹ ਬਣ ਕੇ ਇਸ ਸੰਸਾਰ ਭਵ ਸਾਗਰ ਤੋਂ ਪਾਰ ਕਰਵਾਇਆ ਸੀ, ਜ਼ਿੰਦਗੀ ਦੇ ਜਿੰਨੇ ਸਾਡੇ ਸਵਾਸ ਨੇ ਸਾਡੇ ਮਲਾਹ ਬਣ ਕੇ ਵਿਕਾਰੀ ਬਿਰਤੀਆਂ ਦੀਆਂ ਘੁੰਮਣ ਘੇਰੀਆਂ ਤੋਂ ਸਾਨੂੰ ਕਿਤੇ ਤੁਸੀਂ ਮੁਕਤੀ ਦਵਾ ਦਿਓ। ਜਿਸ ਆਨੰਦ ਦੀ ਤਲਾਸ਼ ਵਿੱਚ ਅਸੀਂ ਰੋਜ਼ ਕਹਿੰਦੇ ਹਾਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿਤੇ ਉਸ ਆਨੰਦ ਦਾ ਕੋਈ ਚਲਕਾਰਾ ਇਸ ਅਸਥਾਨ 'ਤੇ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਉਸ ਰੁਕਨਦੀਨ ਮਲਾਹ ਨੂੰ, ਜਿਹੜਾ ਸਾਨੂੰ ਸੰਸਾਰਕ ਤੌਰ 'ਤੇ ਇੱਕ ਮਲਾਹ ਜਿਹਾ ਲੱਗਦਾ ਛੋਟਾ ਜਿਹਾ, ਜਿਹੜਾ ਉਸ ਵੇਲੇ ਦੇ ਮਲਾਹਾਂ ਨੂੰ ਵੀ ਇੱਕ ਗਰੀਬੜਾ ਜਿਹਾ ਟੁੱਟੀ ਬੇੜੀ ਵਾਲਾ ਮਲਾਹ ਲੱਗਦਾ, ਪਰ ਜਿਸ ਨੇ ਗੁਰੂ ਮਲਾਹ ਨੂੰ ਪਛਾਣ ਲਿਆ, ਜਿਸ ਨੇ ਗੁਰੂ ਮਲਾਹ ਨਾਲ ਰੂਹ ਦਾ ਰਿਸ਼ਤਾ ਬਣਾ ਲਿਆ, ਬਾਕੀ ਦੇਖਦੇ ਹੀ ਰਹਿ ਗਏ, ਉਹ ਬਖਸ਼ਿਸ਼ਾਂ ਦੇ ਨਾਲ ਇੰਨਾ ਅਮੀਰ ਹੋ ਗਿਆ, ਲੋਕ ਤਾਂ ਸੁਖੀਆ ਹੋਇਆ ਹੀ, ਪਰ ਲੋਕ ਤਾਂ ਹੋਣਾ ਨਿਸ਼ਚਿਤ ਸੀ। ਇਹ ਕਿਤੇ ਝੋਲੀ ਅੱਡ ਕੇ ਇਸ ਅਸਥਾਨ ਤੋਂ
ਗੁਰੂ ਦੇ ਕੋਲ ਸਾਨੂੰ ਮੰਗਣਾ ਆ ਜਾਏ ਪਾਤਸ਼ਾਹ, ਜਿੱਦਾਂ ਰੁਕਨਦੀਨ ਨੂੰ ਇਸ ਸੰਸਾਰ ਸਾਗਰ ਤੋਂ ਮਲਾ ਬਣ ਕੇ ਪਾਰ ਕੀਤਾ, ਕਿਤੇ ਇਹੋ ਜਿਹੀ ਬਖਸ਼ਿਸ਼ ਦੀ ਘੜੀ ਸਾਨੂੰ ਵੀ ਬਖਸ਼ੇ।